ਜਿਹੜਾ ਫਾਸਟੈਗ ਵਧਣ ਦੀ ਵਜ੍ਹਾ ਘੱਟ ਗਿਆ। ਪਟਵਾਰੀ ਸਾਹਿਬ ਪਹਿਲਾਂ ਫੋਟੋ ਖਿੱਚ ਲਓ, ਅੱਜ ਦਾ ਲੋਡ ਨਹੀਂ ਪਏ ਫੋਟੋ ਆ ਜੀ, ਬਾਕੀ ਦਾ ਕੋਈ ਗੱਲ ਨਹੀਂ। ਫੋਟੋ ਪਹਿਲਾਂ ਲੈ ਗਏ, ਹਾਊਸ ਮੀਟਿੰਗ ਦੇ ਵਿੱਚ ਬਜਟ ਪਾਸ ਕੀਤਾ ਗਿਆ 4.5 ਕਰੋੜ ਦਾ ਜਿਹੜਾ ਬਜਟ ਹੈ, ਕਿੰਨੀ ਤਰਜੀਹ ਹੈ ਤੇ ਲੋਕੀ ਲੋਕ ਲਾ ਰਹੇ ਕਿ ਪਿਛਲੇ ਸਾਲ ਤੋਂ ਬਜਟ ਇਸ ਵਾਰ ਘੱਟ ਹੋਗਾ। ਐਸਾ ਕੁਛ ਨਹੀਂ ਹੈਗਾ ਜੀ, ਵਿਰੋਧੀਆਂ ਨੂੰ ਖਾਮ ਖਾ ਮਤਲਬ ਜਿਵੇਂ ਪਾਣੀ ਤੋਂ ਪਹਿਲਾਂ ਹੀ ਮੌਜੇ ਲਾਉਣ ਦੀ ਆਦਤ ਹੈ। ਕੱਲ ਉਹਨਾਂ ਨੇ ਅਜੇ ਬਜਟ ਦੇਖੋ ਅੱਜ ਪਾਸ ਹੋਇਆ, ਉਹਨਾਂ ਨੇ ਕੱਲ ਹੀ ਆਪਣੀ ਜਿਹੜੀ ਉਹ ਸੀਗੀ ਪ੍ਰੈਸ ਕਾਨਫਰੰਸ ਕੀਤੀ, ਕਈ ਗੱਲਾਂ ਬਾਤਾਂ ਕੀਤੀਆਂ, ਮੈਂ ਸਮਝਦਾ ਉਹ ਬਿਲਕੁਲ ਫਜ਼ੂਲ ਗੱਲਾਂ ਬਾਤਾਂ ਸੀਗੀਆਂ ਔਰ ਜੋ ਗੱਲ ਕਹਿ ਰਹੇ ਸੀ ਬਿਲਕੁਲ ਝੂਠ ਸੀਗੀ। ਜੋ ਉਹਦਾ ਬਜਟ ਹੈ ਉਹਨਾਂ ਨੂੰ ਇਹ ਸੀਗਾ ਕਿ ਨੈਗੇਟਿਵ ਜਾ ਰਿਹਾ, ਬਜਟ ਪੋਜ਼ਿਟਿਵ ਗਿਆ ਹੈ। ਇਹਨਾਂ 173 ਦਾ ਸੀਗਾ, ਇਸ ਵਾਰੀ 170 ਕਰੋੜ ਦਾ ਹੈ। ਉਹਨੂੰ ਅਸੀਂ ਬਜਟ ਨੀ ਮੰਨਿਆ ਜਾ ਸਕਦਾ, ਜੋ ਅੱਜ ਪਾਸ ਹੋਇਆ ਮੈਂ ਉਹ ਦੱਸ ਰਿਹਾ ਤੁਹਾਨੂੰ। ਉਹਨਾਂ ਨੇ ਜੀ ਬਾਰ ਬਾਰ ਉਹ ਕਹਿੰਦੇ ਸੀਗੇ ਕਿ ਪਤਾ ਨੀ ਕੋਈ ਬਹੁਤ ਵੱਡਾ ਘਪਲਾ ਹੈ, ਇਹਦੇ ਕੋਈ ਪ੍ਰੋਪਰ ਕੰਮ ਨੀ ਹੋ ਰਿਹਾ, ਤੇ ਮੈਂ ਕਿਹਾ ਦੱਸੋ ਚਾਹੁੰਦੇ ਕੀ ਹੋ, ਤੇ ਉਹਨਾਂ ਨੇ ਕਿਹਾ ਮਨਜੀਤ ਸਿੰਘ ਸੇਠੀ ਹੋਣਾ ਨੇ ਕਿਹਾ ਕਿ ਜੀ ਮੈਂ ਤਾਂ ਇਹਦੀ 20 ਦਿਨ ਇਨਕੁਆਇਰੀ ਮੰਗਦਾ, ਤੇ ਅਸੀਂ ਕਿਹਾ ਵੀ ਹਾਊਸ ਨੂੰ ਜੇ ਕੋਈ ਨਹੀਂ ਦਿੱਕਤ ਦਾ ਹਾਊਸ ਕਰਵਾ ਸਕਦਾ ਤੇ ਅਸੀਂ ਹਾਊਸ ਦੇ ਵਿੱਚ। ਸਰ ਇਹ ਐਡਵਰਟਾਈਜ਼ਮੈਂਟਲੀ ਕਿਹਾ ਗਿਆ ਸੀ ਉਹਨਾਂ ਨੇ, ਪਿਛਲੇ 31 ਕਰੋੜ ਰੁਪਇਆ ਰੱਖਿਆ ਗਿਆ ਸੀ ਤੇ ਆਇਆ ਸਿਰਫ 4-4.5 ਕਰੋੜ ਰੁਪਇਆ, ਉਹਨੂੰ ਲੈ ਕੇ ਕਹਿੰਦੇ ਵੀ ਇੰਨਾ ਕਰੋੜ ਰੁਪਇਆ ਘਾਟਾ ਕਿੱਥੇ ਗਿਆ। ਭਾਜੀ ਹਰ ਇੱਕ ਬੰਦਾ ਸੋਚਦਾ ਕਿ ਮੇਰਾ ਮੁੰਡਾ IAS ਬਣੇ, ਮੇਰਾ ਮੁੰਡਾ ਡਾਕਟਰ ਬਣੇ, ਪਰ ਨਹੀਂ ਬਣਦਾ। ਅਸੀਂ ਚਾਹੁੰਦੇ ਸੀ ਕਿ ਟੈਂਡਰ ਲਾਇਆ ਉਹ ਕਾਮਯਾਬ ਹੋ ਜਾਊਗਾ, ਚੜ ਜੂਗਾ ਟੈਂਡਰ, ਨਹੀਂ ਚੜ ਸਕਿਆ ਤਾਂ ਅਸੀਂ ਉਹ ਦੁਬਾਰਾ ਫਿਰ ਟਰਾਈ ਕਰਾਂਗੇ। ਉਹ ਕਹਿੰਦੇ 186 ਪੌਲ ਅਸੀਂ ਵੇਖਿਆ ਜਿੱਥੇ ਐਡਾਂ ਲੱਗੀਆਂ ਹੋਈਆਂ, 4.21 ਕਰੋੜ ਇਕੱਠਾ ਹੋਇਆ, 33 ਪ੍ਰਪੋਜ਼ ਹੋਇਆ। ਸ਼ੋਰੂਮਾਂ ਦਾ ਕੰਮ ਨਹੀਂ ਚੱਲਦਾ, ਯੂਨੀਪੋਲ ਹੈਗੇ ਆ, ਜੋ ਅਸੀਂ ਖੰਭਿਆਂ ਤੇ ਐਡ ਲਾ ਲਾਂਗੇ ਯੂਨੀਪੋਲ ਕਿਵੇਂ ਲੱਗਣੇ। ਪੰਜਾਹ ਕਹਿ ਕੇ ਚਲੇ ਗਏ, ਮਤਲਬ ਤੁਹਾਨੂੰ ਦੱਸ ਗਏ 50 ਆਇਆ, ਸਾਡੇ ਕੋਲ 6 ਆਇਆ। ਚੌਂਕੀਦਾਰ ਨੇ ਕਹਿਣਾ ਕਿ ਜਾਗਦੇ ਰਹੋ, ਜਾਗੋ ਨਾ ਜਾਗੋ ਅਗਲੇ ਦੀ ਮਰਜ਼ੀ ਆ, ਕੋਈ 1 ਲੱਖ ਰੁਪਇਆ ਦੇ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਸਾਡੇ ਵੱਲੋਂ ਹਾਊਸ ਵੱਲੋਂ ਪਾਸ ਕੀਤਾ ਗਿਆ
ਉਹ 2100 ਤੇ 3100 ਹੈ। ਦੇਖੋ ਜੀ ਉਹੀ ਚੀਜ਼ ਦਾ ਨੁਕਸਾਨ ਹੈਗਾ, ਜੇਕਰ ਬਾਈ ਉਹੀ ਐਡ ਕਾਰਪੋਰੇਸ਼ਨ ਨੂੰ ਮਿਲੇ ਤੇ ਸਾਨੂੰ ਤੇ ਪੈਸੇ ਆਣ, ਤੇ ਉਹੀ ਉਹ ਪੁਲਾਂ ਤੇ ਲੱਗ ਜਾਂਦੀ ਹੈ ਤੇ ਸਾਨੂੰ ਨੁਕਸਾਨ ਹੁੰਦਾ। ਅਸੀਂ ਡਿਸਕਸ ਕਰਾਂਗੇ ਉਹਦੇ ਬਾਰੇ ਕੀ ਕਰ ਸਕਦੇ ਹਾਂ। ਸਰ ਅਸੀਂ ਮੈਸੇਜ ਦੇਣਾ ਸੀ ਦਿੱਤਾ, ਠੀਕ ਹੈ, ਉਹ ਕਿਵੇਂ ਕਰਵਾਉਣਾ? ਜੇ ਕੱਲ੍ਹ ਨੂੰ ਅਸੀਂ ਉਹਦੇ ਖਿਲਾਫ਼ ਕੋਈ ਕਾਰਵਾਈ ਕਰਵਾਉਣੀ ਹੈ ਤਾਂ ਕਹਿ ਸਕਦੇ ਹਾਂ ਕਿ ਜੀ ਲਿਖ ਕੇ ਕੰਪਲੇਂਟ ਦੇ ਸਕਦੇ ਹਾਂ। ਹਾਂ ਬਿਲਕੁਲ ਕਾਰਵਾਈ ਕਰਾ ਸਕਦੇ, ਨਹੀਂ ਨਹੀਂ ਪੁਲਿਸ ਨੂੰ ਸਰ ਅਸੀਂ ਐਸਐਸਪੀ ਲਿਖ ਕੇ ਭੇਜਾਂਗੇ, ਸਾਨੂੰ ਵੀ ਕਹੇਗਾ ਜੀ, ਤਾਂ ਹੀ ਪੁਲਿਸ ਨੂੰ ਕਹਿਣਾ, ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ ਨਾ। ਸਾਰਿਆਂ ਨੂੰ ਮੈਸੇਜ ਭੇਜਾਂਗੇ ਜੀ ਕਿ ਅਸੀਂ ਸਾਡੇ ਵੱਲੋਂ ਇਹ ਪਾਸ।